ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਵਿੱਚ ਨਿਕਲੀ ਨਵੀਂ ਬਿਜਲੀ ਬੋਰਡ ਦੇ ਵਿੱਚ ਭਰਤੀ ਪੀਐਸਪੀਸੀਐਲ ਦੇ ਵਿੱਚ ਜਿਹੜੀਆਂ 2600 ਪਲੱਸ ਜਿਹੜੀਆਂ ਕਲਰਕ ਦੀਆਂ ਸਾਮੀਆਂ ਲਗਭਗ ਉਸ ਦੇ ਵਿੱਚ ਔਰ 500 ਕਲਰਕ ਹੋਏਗਾ ਜਿਹਦੇ ਵਿੱਚ 11-1200 ਸਾਮੀ ਜਿਹੜੀਆਂ ਅਸਿਸਟੈਂਟ ਲਾਈਨਮੈਨ ਦੀਆਂ ਇਸ ਤੋਂ ਇਲਾਵਾ ਕੁਝ ਅਟੈਂਡੈਂਟ ਦੀਆਂ ਪੋਸਟ ਆ ਗਈਆਂ ਤਾਂ ਕਈ ਕੈਟਾਗਰੀ ਜਿਹੜੀ ਪੋਸਟ ਆ ਗਈਆਂ 2600 ਪਲੱਸ ਜਿਹੜੀਆਂ ਵੈਕੈਂਸੀ ਆਉਣੀ ਹੈਗੀ ਆ ਤਾਂ ਉਹਨਾਂ ਵਾਸਤੇ ਨੋਟਸ ਆਉਣਾ ਸੀ 15 ਮਾਰਚ ਨੂੰ ਉਹ ਨੋਟਸ ਨੂੰ ਅੱਗੇ ਜਿਹੜਾ ਫਿਰ ਉਹਦਾ ਟਾਈਮ ਪਾ ਦਿੱਤਾ ਗਿਆ 31 ਮਾਰਚ 31 ਮਾਰਚ ਅੱਜ ਹੈ ਔਰ ਅੱਜ ਵੀ ਨੋਟਿਸ ਨਹੀਂ ਆਇਆ ਤਾਂ ਹੁਣ ਇੱਕ ਨਵਾਂ ਬਿਗ ਅਪਡੇਟ ਕੀ ਹੈ ਕਿ ਇਹਨਾਂ ਪੋਸਟਾਂ ਵਾਸਤੇ ਜਿਹੜਾ ਫੁੱਲ ਡਿਟੇਲਡ ਨੋਟੀਫਿਕੇਸ਼ਨ ਜਿਸ ਦੇ ਵਿੱਚ ਐਡਵਰਟਾਈਜ਼ਮੈਂਟ ਅਲੋਂਗ ਵਿਦ ਦਾ ਕੈਟਾਗਰੀ ਵਾਈਜ਼ ਬ੍ਰੇਕਅਪ ਵੀ ਕਿਸ ਕੈਟਾਗਰੀ ਚ ਕਿੰਨੀਆਂ ਪੋਸਟ ਆਉਣਗੀਆਂ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਰਹੇਗਾ ਪੇ ਸਕੇਲ ਕੀ ਰਹੇਗਾ ਸਿਲੈਕਸ਼ਨ ਕ੍ਰਾਈਟੇਰੀਆ ਕੀ ਰਹੇਗਾ ਟਰਮਜ਼ ਐਂਡ ਕੰਡੀਸ਼ਨ ਵਿਲ ਬੀ ਅਵੇਲੇਬਲ ਆਫਟਰ ਆਫਟਰ 31/3/2021 ਤੇ ਇਹਨਾਂ ਨੇ ਕਿਹਾ ਸੀ ਪਰ ਅੱਜ 31 ਇਹ ਨਹੀਂ ਆਇਆ ਤਾਂ ਇਹਨਾਂ ਨੇ ਨਵਾਂ ਇੱਕ ਨੋਟਸ ਪਾ ਦਿੱਤਾ ਹੈ ਕਿ ਹੁਣ 15/4 ਬਾਤ ਗਿਰਾ ਇਹ ਸਾਰਾ ਕੁਝ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਬਾਰੇ ਮਿਲੇਗਾ ਤਾਂ 15 ਅਪ੍ਰੈਲ ਤੋਂ ਬਾਅਦ ਹੀ ਜਿਹੜਾ ਇਹ ਅਪਲਾਈ ਹੋਣਾ ਸਟਾਰਟ ਹੋਏਗਾ ਸੋ ਇਹ ਇਨਫੋ ਤੁਹਾਡੇ ਤੇ ਇੱਕ ਬਣਦੀ ਸੀ ਤਾਂ ਕਿ ਜਿਹੜੇ ਵੀ ਪੰਜਾਬ ਦੀ ਗਵਰਨਮੈਂਟ ਜੋਬ ਦੀ ਭਰਤੀ ਦੀ ਤਿਆਰੀ ਕਰ ਰਹੇ ਹੈ ਜਾਂ ਵੇਟ ਕਰ ਰਹੇ ਹੈ ਚਾਹੇ ਪੰਜਾਬ ਪੁਲਿਸ ਦੀ ਭਰਤੀ ਆ ਚਾਹੇ ਕੋਈ ਵੀ ਐਗਜ਼ਾਮ ਹੋਣ ਵਾਲਾ ਐਫਸੀਆਈ ਦੀ ਭਰਤੀ ਆਉਣ ਵਾਲੀ ਹੈ ਚਾਹੇ ਜਾਂ ਕਿ ਲਈ ਆਪਾਂ ਇਹ ਬਿਜਲੀ ਬੋਰਡ ਦੇ ਵਿੱਚ ਭਰਤੀ ਆਉਣ ਵਾਲੀ ਹੈ ਤਾਂ ਉਸ ਦੀ ਹਰ ਇੱਕ ਨਿਊਜ਼ ਅਪਡੇਟ ਆਪਣੇ ਚੈਨਲ ਤੇ ਮਿਲਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਔਰ ਬਤੁਆ ਸ਼ੇ